ਉਹ 1 ਲੱਖ 60000 5 ਐਚਪੀ ਦਾ ਫਿਰ 10000 ਹੋਰ ਦਿੱਤਾ ਇੱਕ ਪੈਨਰ ਘੱਟ ਲਾ ਗਏ ਅੱਛਾ ਸਤਿ ਸ੍ਰੀ ਅਕਾਲ ਜੀ ਅੱਜ ਨਾ ਜੀ ਆਪਾਂ ਵੀਡੀਓ ਬਣਾਉਣ ਲੱਗੇ ਆ ਸੋਲਰ ਮੋਟਰਾਂ ਦੀ ਇਹਦੇ ਵਿੱਚ ਨਾ ਦੋ ਤਿੰਨ ਚੀਜ਼ਾਂ ਅੱਜ ਮੈਂ ਸਪੈਸ਼ਲ ਤੁਹਾਨੂੰ ਦੱਸਣ ਲੱਗਾ ਜੋ ਕਿ ਤੁਸੀਂ ਜਦੋਂ ਵੀ ਮੋਟਰ ਲਵਾਉਣੀ ਹੋਏ ਉਹ ਚੀਜ਼ ਦੇਖਣੀ ਆ ਤੁਸੀਂ ਜਿਸ ਏਰੀਏ ਦੇ ਵਿੱਚ ਮੈਂ ਆਇਆ ਹੋਇਆ ਇਹ ਦਰਿਆਈ ਏਰੀਆ ਜੀ ਇੱਥੇ ਧਰਮਕੋਟ ਦੇ ਲਾਗੇ ਤਾਗੇ ਆ ਅਤੇ ਇੱਥੇ ਪਾਣੀ ਦਾ ਲੈਵਲ ਕਾਫੀ ਜੋ ਪੱਧਰ ਆ ਉੱਚਾ ਹੈਗਾ ਦਰਿਆ ਕਰਕੇ ਹੈ ਨਾ ਅਤੇ ਇੱਥੇ ਜੋ ਤੁਸੀਂ ਮੋਟਰ ਚੱਲਦੀ ਦੇਖ ਰਹੇ ਹੋ ਨਾ ਇਹ 3 HP ਦੀ ਉਹ ਮੇਰੇ ਪਿੱਛੇ ਮੋਟਰ ਚੱਲਦੀ ਦੇਖ ਰਹੇ ਹੋ ਜੀ ਅਸਲ ਦੇ ਵਿੱਚ ਜਿਹੜਾ ਅੱਜ ਦੀ ਵੀਡੀਓ ਬਣਾਉਣ ਦਾ ਮੁੱਖ ਵਿਸ਼ਾ ਉਹ ਨਾ ਬਾਜ਼ਾਰ ਦੇ ਵਿੱਚ ਨਾ ਤੁਹਾਨੂੰ ਕਾਫੀ ਇਹ ਜੋ ਮੋਟਰਾਂ ਸਸਤੀਆਂ ਕਹਿ ਦਿੰਦੇ ਵੀ ਆਪਾਂ 1 ਲੱਖ ਰੁਪਏ ਦੇ ਵਿੱਚ 3 HP ਦੀ ਮੋਟਰ ਲਗਾ ਰਹੇ ਹਾਂ ਅੱਜ ਆਪਾਂ ਉਹ ਚੀਜ਼ ਤੁਹਾਨੂੰ ਵਿਖਾਉਣੀ ਆ ਇਹਦੇ ਵਿੱਚ ਵੀ ਇਹ 3 HP ਦੀ ਜਿਹੜੀ ਮੋਟਰ ਆ 1 ਲੱਖ ਰੁਪਏ ਦੀ ਜਾਂ 5 HP ਦੀ 1.5 ਲੱਖ ਦੀ ਕਿਵੇਂ ਲੱਗਦੀ ਆ ਉਹ ਚੀਜ਼ ਆਪਾਂ ਤੁਹਾਨੂੰ ਕਲੀਅਰ ਕਰਾਂਗੇ ਮੋਟਰ ਤੁਸੀਂ ਜਿੱਥੋਂ ਮਰਜ਼ੀ ਲਵਾ ਲਿਓ ਇਹਦਾ ਆਪਾਂ ਨੂੰ ਕੋਈ ਨਹੀਂ ਕੋਈ ਇਹ ਕਿਸੇ ਚੀਜ਼ ਦੀ ਐਡਵਰਟਾਈਜ਼ਮੈਂਟ ਨਹੀਂ ਸਿਰਫ ਇੱਕ ਤੁਹਾਡੀ ਜਾਣਕਾਰੀ ਦੇ ਲਈ ਕਿਉਂਕਿ ਤੁਹਾਡੇ ਨਾਲ ਕਾਫੀ ਠੱਗੀ ਧੋਖਾ ਹੋ ਰਿਹਾ ਬਾਜ਼ਾਰ ਦੇ ਵਿੱਚ ਜਿਨ੍ਹਾਂ ਦੇ ਖੇਤ ਦੇ ਵਿੱਚ ਆਪਾਂ ਖੜ੍ਹੇ ਬਾਈ ਗੱਜਣ ਸਿਓ ਇਹਨਾਂ ਦੇ ਮੋਟਰ ਲੱਗੀ ਹੋਈ ਆ ਆਪਾਂ ਇਹਨਾਂ ਤੋਂ ਜਾਣਕਾਰੀ ਲੈਂਦੇ ਕਿ ਇਹਨਾਂ ਦਾ ਕਿੰਨੇ ਕੁ ਰੁਪਈਏ ਇਸ ਮੋਟਰ 'ਤੇ ਲੱਗੇ ਹੋਏ ਸੀ ਉਸ ਤੋਂ ਬਾਅਦ ਮੈਂ ਤੁਹਾਨੂੰ ਦੂਸਰੀ ਮੋਟਰ ਵੀ ਵਿਖਾਊਂਗਾ ਜਿਹੜੀ ਕਿ ਸਸਤੀ ਮੋਟਰ ਲੱਗਦੀ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੰਨਾ ਸਮਾਂ ਹੋ ਗਿਆ ਜੀ ਮੋਟਰ ਲਵਾਈ ਨੂੰ ਤੁਹਾਨੂੰ ਇਹ ਸਾਲ ਹੀ ਹੋ ਗਿਆ ਸਾਲ ਹੋ ਗਿਆ ਜੀ ਪਹਿਲਾਂ ਇੱਥੇ ਤੁਹਾਡੇ ਇੰਜਨ ਚੱਲਦੇ ਹੁੰਦੇ ਡੀਜ਼ਲ ਠੀਕ ਆ ਅਤੇ ਇੰਜਨ 'ਤੇ ਤੁਸੀਂ ਝੋਨਾ ਲਾਉਂਦੇ ਹੁੰਦੇ ਸੀ ਨਹੀਂ ਝੋਨਾ ਉੱਪਰ ਨਹੀਂ ਲਾਉਂਦੇ ਸੀ ਅੱਛਾ ਥੱਲੇ ਥੱਲੇ 3 ਕਿੱਲੇ ਇੰਜਨ 'ਤੇ ਨਹੀਂ ਲਾਉਂਦੇ ਸੀ ਝੋਨਾ ਜਮੇ ਕਿ ਲਾਉਂਦੇ ਸੀ ਨਹੀਂ ਲਾਉਂਦੇ ਸੀ ਥਲੜਾ ਤਾਂ ਲਾਉਂਦੇ ਸੀ ਕਿੰਨਾ ਕੁ ਤੇਲ ਫੂਕ ਦਿੰਦੇ ਸੀ ਉੱਤੇ ਡੀਜ਼ਲ 'ਤੇ ਆਪਣੇ ਇੰਜਨ 'ਤੇ ਕੋਈ ਹਿਸਾਬ ਨਹੀਂ ਜੇ ਮੀਂਹ ਮੂੰਹ ਪੈ ਜਾਵੇ ਤਾਂ ਘੱਟ ਖਪਦਾ ਸੀ ਅਤੇ ਜਦੋਂ ਦੀ ਆ ਮੋਟਰ ਲਵਾਈ ਉਦੋਂ ਬਾਅਦ ਫੜ ਕੇ ਨਹੀਂ ਵੇਖਿਆ ਇੱਕ ਉਹ ਤੁਹਾਡੀ ਉਹ 5 ਦੀ ਉਹ ਵੀ ਤੁਹਾਡੀ ਆ ਠੀਕ ਆ ਉਹ ਮੈਂ ਵੇਖ ਕੇ ਆਇਆ ਉਸੇ ਦੀ ਆਪਾਂ ਗੱਲ ਕੀਤੀ ਆ ਉਹ ਤੁਸੀਂ ਪਹਿਲਾਂ ਸਸਤੀ ਲਵਾਈ ਸੀ ਥੋੜ੍ਹੀ ਵਾਹ ਬਾਈ ਲੱਗ ਗਈ ਚੱਲ ਜਿਹੜੀ ਲੱਗ ਗਈ ਜਿੰਨੀ ਲੱਗ ਗਈ ਠੀਕ ਆ ਚਲ ਕੋਈ ਨਹੀਂ ਉਹ ਤਾਂ ਕੋਈ ਗੱਲ ਨਹੀਂ ਪਰ ਮਤਲਬ ਕਿ ਤੁਹਾਨੂੰ ਇਹ ਆਹ ਵਾਲੀ ਜਿਹੜੀ ਮੋਟਰ ਆ 3 HP ਦੀ ਮੈਂ ਦੇਖਿਆ ਉਹਦੇ ਨਾਲ ਥੋੜ੍ਹਾ ਹੀ ਪਾਣੀ ਦਾ ਫਰਕ ਹੈਗਾ ਅਤੇ ਖਰਚਾ ਉਹਦੇ 'ਤੇ ਤੁਹਾਡਾ ਕਿੰਨਾ ਗਿਆ ਸੀਗਾ ਜੀ ਉਸ 1 ਲੱਖ 60000 5 HP ਦਾ ਫਿਰ 10000 ਹੋਰ ਦਿੱਤਾ ਇੱਕ ਪੈਨਰ ਘੱਟ ਲਾ ਗਏ ਅੱਛਾ ਹੁਣ ਤੁਸੀਂ ਕਿੰਨੇ ਵਜੇ ਸੁਬਹ ਚਲਾ ਦਿੰਦੇ ਮੋਟਰ ਇਹ ਆ ਕੇ ਸਾਡੇ ਕੋਲ 7 ਵਜੇ 7:30 ਇੱਥੇ ਫਿਰ ਮਤਲਬ ਕਿ ਪੁਦੀਨਾ ਵਗੈਰਾ ਲੱਗਾ ਹੋਇਆ ਸਬਜ਼ੀ ਲਾਉਣੀ ਆ ਜੀ ਨਹੀਂ ਨਹੀਂ ਸਬਜ਼ੀ ਨਹੀਂ ਲਾਉਂਦੇ ਲਸਣ ਹੀ ਲਾਈ ਆ ਅੱਛਾ ਲਸਣ ਠੀਕ ਆ ਨਹੀਂ ਲਸਣ ਤਾਂ ਹੁਣ ਪੱਟਿਆ ਗਿਆ ਲਸਣ ਬੀਜਿਆ ਹੀ ਖੇਤ ਕਰੇ ਸੀ ਅਤੇ ਆਹ ਮੋਟਰ ਹੁਣ ਕਿੱਧਰ ਨੂੰ ਚੱਲਦੀ ਆ ਪਾਣੀ ਅੱਛਾ ਠੀਕ ਆ ਹੁਣ ਜਾਣੀ ਕਿ ਤੁਹਾਨੂੰ ਨਜ਼ਾਰਾ ਵੱਜਿਆ ਵਾ ਇਹਦਾ ਪੂਰਾ ਅਤੇ ਹੋਰ ਵੀ ਤੁਸੀਂ ਇੱਥੇ ਕਿਤੇ ਆਂਢ ਗੁਆਂਢ ਕਿਉਂ ਸਾਰੇ ਇੱਥੇ ਮੋਟਰਾਂ ਇਹੀ ਲੱਗੀਆਂ ਹੋਈਆਂ ਸੋਲਰ ਵਾਲੀਆਂ ਹੀ ਕਨੈਕਸ਼ਨ ਨਹੀਂ ਤੁਹਾਨੂੰ ਮਿਲਦੇ ਗੌਰਮੈਂਟ ਵੱਲੋਂ ਮਿਲ ਵੀ ਸਕਦੇ ਨੇ ਖਰਚਾ ਬਹੁਤ ਆਉਂਦਾ ਆਹ ਕੰਮ ਸਸਤਾ ਇਹ ਦਿਨੇ ਪਾਣੀ ਲਾ ਲਈਦਾ ਨਾ ਕੋਈ ਬਿਜਲੀ ਮਹਿਕਮੇ ਵਾਲਿਆਂ ਦਾ ਹੈ ਨਾ ਹੈਡਕ ਨਾ ਝਿੜਕ ਨਾ ਕੋਈ ਆਵੇ ਨਾ ਜਾਵੇ ਆਪਦਾ ਸੁਬਹ ਆ ਕੇ ਬਟਨ ਨੱਪ ਲਓ ਅਤੇ ਸ਼ਾਮ ਨੂੰ ਬੰਦ ਕਰ ਦਿਓ ਵਿਹਲੀਆਂ ਹੀ ਖੜੀਆਂ ਰਹਿੰਦੀਆਂ ਨੇ ਚਲਾਈ ਅੱਜ ਹੀ ਹੈ ਠੀਕ ਹੈ ਦੋ ਚਾਰ ਦਿਨ ਵਿਹਲੀਆਂ ਠੀਕ ਹੈ ਝੋਨੇ ਮੁੱਕ ਲਗਾਤਾਰ ਚੱਲਦੀਆਂ ਨੇ ਕਿੰਨਾ ਇੱਥੇ ਤੁਸੀਂ ਇਹ 'ਤੇ ਪਾਲ ਲੈਂਦੇ ਹੋ ਝੋਨਾ ਝੋਨਾ 7 ਕਿੱਲੇ ਹੈਗਾ ਨਹੀਂ ਇਸ ਮੋਟਰ 'ਤੇ ਕਿੰਨਾ ਇਹਦੇ 'ਤੇ 3 ਕਿੱਲੇ 3 ਕਿੱਲੇ ਪਾਲਦੇ ਹਾਂ 3 ਦੀ ਮੋਟਰ ਠੀਕ ਹੈ ਜਿਵੇਂ ਆਪਾਂ ਪਹਿਲਾਂ ਇਹ ਕਿਸਾਨ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੇ ਖੇਤ ਦੇ ਵਿੱਚ ਇਹ ਮੋਟਰ ਲੱਗੀ ਹੋਈ ਸੀ ਹੁਣ ਜਿਹੜੀ ਚੀਜ਼ ਮੈਂ ਤੁਹਾਨੂੰ ਵਿਖਾਉਣੀ ਚਾਹੁੰਦਾ ਸੀਗਾ ਇਸ ਵੀਡੀਓ ਦੇ ਰਾਹੀਂ ਵੀ ਤੁਸੀਂ ਠੱਗੀ ਦਾ ਸ਼ਿਕਾਰ ਨਾ ਹੋ ਜਾਓ ਕਿਤੇ ਆ ਜਾਓ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਵਿਖਾਵਾਂ ਵੀ ਜਿਹੜਾ ਆਹ ਵਾਲਾ ਇਹਦਾ ਪਾਈਪ ਆ ਘੁੰਮਣ ਵਾਲਾ ਪਾਈਪ ਆ ਸ਼ਾਇਦ ਇੱਥੇ ਇਹਨਾਂ ਦੇ ਹੁਣ ਜਾਮ ਕੀਤਾ ਹੋਊਗਾ ਨਟ ਲਾ ਕੇ ਯਾਨੀ ਕਿ ਜਿੰਨਾ ਵੀ ਇਹਦਾ ਸਟਰਕਚਰ ਆ ਨਾ ਉਹ ਤੁਹਾਨੂੰ ਇਹਦੇ ਮੁਕਾਬਲੇ ਹਲਕਾ ਮਿਲੂਗਾ ਤੁਸੀਂ ਜਦੋਂ ਵੀ ਮੋਟਰ ਲਵਾਉਣੀ ਹੋਈ ਇਹ ਚੀਜ਼ ਦਾ ਖਿਆਲ ਰੱਖਿਓ ਕਿ ਇਹ ਵਾਲਾ ਜੋ ਪਾਈਪ ਤੁਹਾਡਾ 4 ਇੰਚੀ ਹੋਵੇ ਅਤੇ ਜਿਹੜੀਆਂ ਇਹਦੀਆਂ ਸਪੋਰਟਾਂ ਵਗੈਰਾ ਪੂਰੀਆਂ ਹੈਵੀ ਹੁੰਦੀਆਂ ਜੀ ਜਿਵੇਂ ਤੁਸੀਂ ਵੇਖ ਸਕਦੇ ਹੋ ਇਹ ਤਕਰੀਬਨ ਆਹ ਹੈਗਾ ਜੀ 1.5 ਇੰਚੀ ਅਤੇ 2 ਇੰਚੀ ਇਹ ਵਾਲਾ ਪਾਈਪ ਲੱਗਾ ਹੋਇਆ ਜਿਹੜਾ ਸਟਰਕਚਰ ਨੂੰ ਸਪੋਰਟ ਲਾਈ ਹੋਈ ਆ ਉਸ ਤੋਂ ਬਾਅਦ ਜਿਹੜੀ ਮੇਨ ਚੀਜ਼ ਮੈਂ ਤੁਹਾਨੂੰ ਦਿਖਾਉਣਾ ਜਿਹੜੀ ਇਹ ਪੋਲੀਕੈਪ ਦੀ ਕਿ ਆਪਣੀ ਤਾਰ ਆ ਇਹ ਡਰਾਈਵ ਤੱਕ ਇਹ ਜਾ ਰਹੀ ਆ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਵਾਂ ਜਿਹੜਾ ਤੁਹਾਨੂੰ ਓਰੀਜਨਲ ਪੈਨਲ ਕਿਵੇਂ ਪਹਿਚਾਣ ਸਕੋਗੇ ਮੈਂ ਤੁਹਾਨੂੰ ਬਾਅਦ ਦੇ ਵਿੱਚ ਡੁਪਲੀਕੇਟ ਵੀ ਵਿਖਾਊਂਗਾ ਜਿਵੇਂ ਇੱਥੇ ਇਹ ਪੈਨਲ ਦਾ ਸਟਿੱਕਰ ਲੱਗਾ ਕੰਪਨੀ ਕੋਈ ਵੀ ਹੋਵੇ ਕਿਸੇ ਵੀ ਕੰਪਨੀ ਦਾ ਹੋਵੇ ਪਰ ਕੰਪਨੀ ਦਾ ਨਾਂ ਹੋਵੇ ਉਸਦਾ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਸਟਿੱਕਰ ਲੱਗਾ ਹੋਇਆ ਅਤੇ ਸਟਿੱਕਰ ਸਿਰਫ ਇਹ 1 ਵਾਰੀ ਹੀ ਲੱਗਾ ਹੋਇਆ ਅਤੇ ਜਿਹੜੇ ਦੂਸਰੇ ਪੈਨਲ ਆ ਉਹ ਵੀ ਮੈਂ ਤੁਹਾਨੂੰ ਜਾ ਕੇ ਉੱਥੇ ਦਿਖਾਉਣਾ ਕਿ ਉਹਦੇ ਸਟਿੱਕਰ ਕਿਸ ਤਰ੍ਹਾਂ ਲੱਗੇ ਹੋਏ ਆ ਉਸ ਤੋਂ ਬਾਅਦ ਜਿਹੜਾ ਇਹਦਾ ਸੀਰੀਅਲ ਨੰਬਰ ਹੁੰਦਾ
ਇਹੇ ਹੀ ਪੈਨਲ ਦੇ ਅੱਗੇ ਸ਼ੀਸ਼ੇ ਦੇ ਥੱਲੇ ਇਹ ਸੀਰੀਅਲ ਨੰਬਰ ਲਿਖਿਆ ਹੋਊਗਾ ਜੀ। ਬਾਕੀ ਆ ਤੁਸੀਂ ਇਹਦੇ ਤਰੀਕ ਦੇਖ ਸਕਦੇ ਹੋ ਕਿ 9/6/2021 ਜਿੰਨੇ ਵੀ ਪੈਨਲ ਆ ਤਕਰੀਬਨ 1 ਮਹੀਨੇ ਦੇ ਹੀ ਬਣੇ ਹੋਣਗੇ। ਚਲੋ ਮਹੀਨਾ ਤਾਂ ਆਪਾਂ ਇੱਥੇ ਕਹਿ ਦਈਏ ਵੀ 6ਵੇਂ ਦਾ 7ਵਾਂ ਹੋ ਸਕਦਾ, ਪਰ ਜਿਹੜੇ ਮੈਂ ਦੂਜੇ ਪੈਨਲ ਵੇਖ ਕੇ ਆਇਆ ਉਹਦੇ ਵਿੱਚ ਇੱਕ ਤਾਂ ਲੱਗਾ ਪੈਨਲ 19 ਦਾ ਅਤੇ ਦੂਜਾ ਲੱਗਾ 21 ਦਾ। ਯਾਨੀ ਕਿ ਉੱਥੇ ਕੀ ਹੋਇਆ ਸਸਤੀ ਮੋਟਰ ਦੇ ਵਿੱਚ ਕਿ ਜਿਹੜੇ ਪੈਨਲ ਸੀਗੇ ਉਹ ਪੁਰਾਣੇ ਵਰਤੇ ਗਏ ਆ ਜੀ, ਅਤੇ ਜਦੋਂ ਕੋਈ ਵੀ ਪੈਨਲ ਪੁਰਾਣਾ ਵਰਤਿਆ ਜਾਊਗਾ ਤਾਂ ਉਹਦੀ ਕੀਮਤ ਆਪਦੇ ਆਪ ਹੀ ਥੱਲੇ ਆ ਜਾਂਦੀ ਹੈ ਜੀ। ਇਹ ਸਿਰਫ ਜਾਣਕਾਰੀ ਲਈ ਮੈਂ ਇੱਕ ਵੀਡੀਓ ਬਣਾ ਰਿਹਾ ਜੀ। ਇੱਕ ਉਹਦੇ 'ਚ ਹੋਰ ਵੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਵੇਂ ਇੱਥੇ ਪੈਨਲ ਲੱਗੇ ਹੋਏ ਆ ਨਾ ਜੀ, ਇਹ 3 ਦੀ ਮੋਟਰ ਨੂੰ 10 ਪੈਨਲ ਲੱਗੇ ਹੋਏ ਆ, ਅਤੇ ਉੱਥੇ ਇਹ ਤੁਹਾਨੂੰ ਪੈਨਲ ਵੀ 9 ਮਿਲ ਸਕਦੇ ਆ, ਇੱਕ ਪੈਨਲ ਦਾ ਵੀ ਫਰਕ ਪੈ ਸਕਦਾ। ਉਸ ਤੋਂ ਬਾਅਦ ਜਿਹੜੀ ਤੁਸੀਂ ਮੇਨ ਚੀਜ਼ ਚੈੱਕ ਕਰਨੀ ਜਿਹੜੀ ਇਹਦੀ ਡਰਾਈਵ ਆ, ਜਾਣੀ ਆਪਾਂ ਜਿਹਨੂੰ ਕਹਿ ਦਈਏ ਸਟਾਰਟਰ ਆ, ਇਹ ਵਾਲਾ ਹੈਗਾ ਜੀ ਕਰਪਟਨ ਦਾ, ਇਹ ਚੀਜ਼ ਹੋ ਗਈ। ਉਸ ਤੋਂ ਬਾਅਦ ਜਿਵੇਂ ਮੋਟਰ ਹੋ ਗਈ ਜੀ, ਮੋਟਰ ਇਹ ਹਲਕੋਣਾ ਜਾਂ ਲੁੱਬੀ ਦੀ ਆਉਂਦੀ ਹੁੰਦੀ ਆ, ਜਾਂ ਹੋਰ ਵੀ ਕੋਈ ਵੀ ਕੰਪਨੀ ਹੋ ਸਕਦੀ ਆ ਓਰੀਜਨਲ ਦੇ ਵਿੱਚ। ਇਹ ਕੁਛ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ ਜੀ ਜਦੋਂ ਵੀ ਆਪਣੀ ਮੋਟਰ ਲਵਾਉਣੀ ਹੋਈ। ਬਾਕੀ ਉਸ ਤੋਂ ਬਾਅਦ ਇਸ ਤੋਂ ਬਾਅਦ ਮੈਂ ਤੁਹਾਨੂੰ ਚਾਈਨੀਜ਼ ਡਰਾਈਵ ਵੀ ਵਿਖਾਊਂਗਾ ਜਿਹੜੀ ਸਸਤੀ ਮੋਟਰ 'ਤੇ ਲੱਗੀ ਹੋਈ ਆ ਜੀ। ਇਹ ਜਿਵੇਂ ਕਿ ਮੋਟਰ ਹੁਣ 3 HP ਦੀ ਅਤੇ 3 ਦਾ ਪਾਣੀ ਕੱਢਦੀ ਪਈ ਆ, 40-45 ਫੁੱਟ 'ਤੇ ਇਹਨਾਂ ਦਾ ਲੈਵਲ ਆ ਜਿਵੇਂ ਆਪਾਂ ਗੱਲ ਕੀਤੀ ਉਹਨਾਂ ਦੇ ਨਾਲ, ਅਤੇ 3 HP ਦੀ ਮੋਟਰ 3 ਇੰਚੀ ਧਾਰ ਦੇ ਰਹੀ ਆ ਜੀ। ਹੁਣ ਨਾ ਮੈਂ ਤੁਹਾਨੂੰ ਦਿਖਾਉਣਾ ਜੀ ਜਿਹੜੇ ਉਹ ਆਪਾਂ ਪੈਨਲ ਦੀ ਗੱਲ ਕੀਤੀ ਆ, ਪੁਰਾਣੇ ਪੈਨਲ ਮੈਂ ਤੁਹਾਨੂੰ ਦੱਸਿਆ ਸੀ, ਜਿਵੇਂ ਇੱਥੇ ਤੁਸੀਂ ਵੇਖੋ ਕਿ ਆਹ ਵਾਲਾ ਜੋ ਸਟਿੱਕਰ ਆ ਇਹ ਦੁਆਰਾ ਲੱਗਾ ਹੋਇਆ ਜੀ ਪੱਟ ਕੇ, ਆਹ ਪਹਿਲੇ ਦੀ ਗੂੰਦ ਇੱਥੇ ਲੱਗੀ ਹੋਈ ਆ, ਆਹ ਸਟਿੱਕਰ ਦੁਆਰਾ ਲੱਗਾ ਹੋਇਆ ਜੀ। ਅਤੇ ਇੱਥੇ ਤੁਹਾਨੂੰ ਮੈਂ ਵਿਖਾਉਣਾ ਇਹਦੀ ਤਰੀਕ, ਇੱਥੇ ਦੇਖੋ ਤੁਸੀਂ 2020, ਠੀਕ ਆ ਜੀ। ਉਸ ਤੋਂ ਬਾਅਦ ਇਹਦੇ ਨਾਲ ਹੀ ਫਿਰ ਆ ਗਿਆ ਜੀ, ਆਹ ਦੇਖੋ ਕੰਪਨੀ ਦਾ ਕੋਈ ਵੀ ਤੁਸੀਂ ਪੈਨਲ ਦੇਖੋਗੇ ਉਹਦੇ ਵਿੱਚ ਇਹ ਸਟਿੱਕਰ ਦੁਆਰਾ ਨਹੀਂ ਲੱਗਾ ਹੋਊਗਾ। ਆਹ ਦੇਖੋ ਗੂੰਦ ਪਹਿਲੇ ਦੀ ਲੈ ਰਹੀ ਉਵੇਂ, ਇਹ ਚੀਜ਼ਾਂ ਤੁਸੀਂ ਨੋਟ ਕਰਿਓ ਕਦੇ ਵੀ। ਅਤੇ ਇਹ ਵਾਲਾ ਜੋ ਪੈਨਲ ਆ ਇੱਧਰ ਦੀ ਤੁਹਾਨੂੰ ਮੈਂ ਵਿਖਾਉਣਾ, ਇਹ 2019 ਦਾ ਜੀ, ਇੱਥੇ ਇਹ ਪੈਨਲ 2019 ਦਾ, ਆਹ 20 ਦਾ। ਯਾਨੀ ਕਿ ਜਿਹੜੇ ਪੈਨਲ ਆ ਇਹ ਨਾ ਪੁਰਾਣੇ ਪੈਨਲ ਵਰਤੇ ਗਏ ਆ ਜੀ, ਜਿਹਦੇ ਕਰਕੇ ਇਹ ਚੀਜ਼ਾਂ ਸਸਤੀਆਂ ਹੁੰਦੀਆਂ। ਅਤੇ ਬਾਕੀ ਜਿਹੜੇ ਇੱਥੇ ਪੈਨਲ ਲੱਗੇ ਹੋਏ ਇਹਦੇ ਵਿੱਚ ਮੈਂ ਤੁਹਾਨੂੰ ਵਿਖਾਉਣਾ ਵੀ ਆਹ ਪੈਨਲ ਓਰੀਜਨਲ ਆ, ਬਿਲਕੁਲ ਨਵਾਂ ਪੈਨਲ ਆ। ਅਤੇ ਇਹਦਾ ਤੁਸੀਂ ਸਟਿੱਕਰ ਵੇਖੋ, ਬਿਲਕੁਲ ਕਿਤੇ ਵੀ ਪਾਸੇ ਤੁਹਾਨੂੰ ਗੂੰਦ ਲੱਗੀ ਵਿਖਾਈ ਨਹੀਂ ਦੇਵੇਗੀ, ਠੀਕ ਹੈ ਜੀ। ਔਰ ਇਹ 2021 ਦਾ ਹੋਇਆ ਵਾ ਬਣਿਆ ਵਾ, ਪਰ ਜੇ ਆਪਾਂ ਦੂਜੇ ਪੈਨਲਾਂ ਦੀ ਗੱਲ ਕਰਦੇ ਹਾਂ, ਆਹ ਦੇਖੋ ਜੀ ਕਾਫੀ ਦੂਰ ਤੱਕ ਇਹਦਾ ਸਟਿੱਕਰ ਜਾ ਚੁੱਕਿਆ ਜੀ। ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਹੋਰ ਵਿਖਾਉਣਾ, ਇੱਥੇ ਲਿਖਿਆ ਹੋਇਆ ਤੁਸੀਂ ਦੇਖੋ ਕਿ ਮੈਕਸੀਮਮ ਪਾਵਰ 330 ਵਾਟ, ਅਤੇ ਇਸੇ ਪੈਨਲ ਦੇ ਉੱਪਰ ਹੀ ਇੱਕ ਸਟਿੱਕਰ ਲੱਗਾ ਹੋਇਆ, ਇਹਦੇ ਉੱਪਰ ਤੁਸੀਂ ਵਾਟ ਵੇਖ ਸਕਦੇ ਹੋ ਕਿ 395 ਵਾਟ। ਹੁਣ ਇੱਥੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਵਾਲੇ ਜੋ ਸਟਿੱਕਰ ਹੈ ਦੁਆਰਾ ਲੱਗੇ ਹੋਏ ਆ। ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਵਿਖਾਉਣ ਲੱਗਾ, ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਆਹ ਵਾਲਾ ਜੋ ਪੈਨਲ ਆ ਇਹ ਵੀ ਵਾਰੀ ਕੰਪਨੀ ਦਾ 330 ਵਾਟ ਦਾ, ਅਤੇ ਇਹਦੇ ਨਾਲ ਦਾ ਜੋ ਪੈਨਲ ਆ ਇਹ ਵਾਲਾ ਇਹ ਵੀ 330 ਵਾਟ ਦਾ, ਦੋਨੋਂ ਵਾਰੀ ਕੰਪਨੀ ਦੇ ਪੈਨਲ ਆ ਜੀ। ਹੁਣ ਜਿਹੜੀ ਵੀ ਕੰਪਨੀ ਹੋਵੇਗੀ ਇੱਕੋ ਕੰਪਨੀ, ਉਹਦਾ ਜੋ ਫਰੇਮ ਹੋਵੇਗਾ ਉਹ ਇੱਕ ਹੀ ਹੋਵੇਗਾ, ਅਤੇ ਤੁਸੀਂ ਇੱਥੇ ਵੇਖ ਸਕਦੇ ਹੋ ਕਿ ਦੋਨਾਂ ਦਾ ਫਰੇਮ, ਇਸ ਦਾ ਫਰੇਮ ਤੁਸੀਂ ਵੇਖ ਸਕਦੇ ਹੋ ਮੋਟਾ ਹੈਵੀ ਆ, ਅਤੇ ਇਹਦਾ ਫਰੇਮ ਬਿਲਕੁਲ ਹਲਕਾ ਲੱਗਾ ਹੋਇਆ ਜੀ। ਤਕਰੀਬਨ ਕਾਫੀ ਜ਼ਿਆਦਾ ਫਰਕ ਆ, ਅਤੇ ਜਿਹੜੇ ਇਹਦੇ ਹੋਲ ਆ ਮੋਰੀਆਂ ਕੀਤੀਆਂ ਹੋਈਆਂ ਫਰੇਮ ਕੱਸਣ ਨੂੰ, ਅਤੇ ਉਹ ਵੀ ਤੁਸੀਂ ਵੇਖ ਸਕਦੇ ਹੋ ਇੱਕ ਦੇ ਵਿੱਚ ਹੈਗੀਆਂ ਇੱਕ 'ਚ ਹੈ ਨਹੀਂ ਗਾ। ਕਦੇ ਵੀ ਜਿਹੜੀ ਵੱਡੀ ਕੰਪਨੀ ਆ ਉਹਦਾ ਜੋ ਸਾਂਚਾ ਹੋਊਗਾ ਉਹ ਇੱਕ ਹੀ ਹੋਊਗਾ, ਜਦੋਂ ਮਰਜ਼ੀ ਭਾਵਾਂ ਆਪਾਂ ਉਹਦਾ 10 ਸਾਲਾਂ ਨੂੰ 15 ਸਾਲਾਂ ਨੂੰ ਵੀ ਪੈਨਲ ਲਵਾਂਗੇ ਤਾਂ ਉਹਦਾ ਜੋ ਸਾਂਚਾ ਤਕਰੀਬਨ ਉਹ ਹੀ ਮਿਲੂਗਾ ਆਪਾਂ ਨੂੰ ਜੀ। ਪਰ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਫਰਕ ਆ। ਜਿਹੜੀ ਵੀ ਸੋਲਰ ਕੰਪਨੀ ਕੋਈ ਪੈਨਲ ਬਣਾਉਂਦੀ ਆ ਉਹ ਆਪਦਾ ਜੋ ਗ੍ਰੇਡ ਆ ਚਾਹੇ ਉਹ ਏ 'ਚ ਹੈ ਬੀ 'ਚ ਹੈ ਸੀ ਆ, ਲੇਕਿਨ ਫਰੇਮ ਉਹਨਾਂ ਦਾ ਇੱਕ ਹੀ ਹੋਊਗਾ। ਜਿਹੜੇ ਬੀ ਗ੍ਰੇਡ ਦੇ ਪੈਨਲ ਆ ਉਹਦੇ ਵਿੱਚ ਸੈੱਲ ਡੈਮੇਜ ਹੋ ਸਕਦੇ ਆ ਜਾਂ ਕੋਈ ਹੋਰ ਖਰਾਬੀ ਹੋ ਸਕਦੀ ਆ, ਪਰ ਬਣਦੇ ਇੱਕੋ ਸਮੇਂ ਹੀ ਹੁੰਦੇ ਆ ਜੀ। ਇਹ ਚੀਜ਼ਾਂ ਵੀ ਵੇਖਣ ਵਾਲੀਆਂ ਹੁੰਦੀਆਂ, ਅਤੇ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਉਂਝ ਵੀ ਛੋਟਾ ਪੈਨਲ ਦੂਜੇ ਨਾਲੋਂ। ਜਿਹੜਾ ਸਟਰਕਚਰ ਵਗੈਰਾ ਮੇਨ ਚੀਜ਼ ਹੁੰਦੀ ਆ ਸਟੈਂਡ ਇਹਦਾ, ਅਤੇ ਇਹ ਵੀ ਤੁਸੀਂ ਵੇਖਣਾ ਕਿ ਕਦੇ ਵੀ
ये हल्का ना हो जिमें मैं तुम्हें पहला विखा के आया भारे स्टैंड वाला जो अपना सीगा ये वाला पाइप वगैरह लगा हुआ हैवी वाला ही ये चीज़ें तुम नोट कर लिया जी। तो बाकी जी यदि ड्राइव वो भी मैं तुम्हें दिखा चल के जो चैनी जी लगी हुई है एक काम मैं तुम्हें होर दिखा इतने दिखाने लगा जी जो जिस भी मकैनिक ने काम किया हो कद भी तार काम नहीं करना चाहिए जी। एक तो यह लोहा एक वो उपर द इन्होंने यह गोल कोयल बना दिता जी ये नाल जो बिजली की खपत वह भी बहुत ज़्यादा इतने प्रवा अपनी लॉस बहुत होंगे इस चीज़ के क्योंकि एक तरह का मैगनेट बन लग पैंदा इत्थे ते सारे तुसी देखो कि डबल डबल कोयल आ काम किया हुआ जी। कदे भी आ काम ना करवायो जदों भी वायरिंग करवानी हो वायरिंग इसकी सीधी चाहिए है। तो बाकी एक चीज़ होर आ कोई भी जिहड़ा सोलर पैनल होगा अपना सोलर सिस्टम होगा मोटर होगी उन्हों अर्थ होना लाजमी है जी। तो बाकी तुसी आ देख सकते हो कि जिहड़ा आपां पहला पिलर वेख के आए सीगे ते आ वाला पिलर काफ़ी फर्क आ जी। ये निक्कियां निक्कियां चीज़ों के नाल रेट का काफ़ी फर्क पै जांदा इन्हां चीज़ों तुसी ध्यान रखियो क्योंकि जिहड़ी मैं वीडियो बनाउण लगा सिर्फ जानकारी दे लई ही तुहाडे नाल बनाउण लगा होर कोई भी जिहड़ा सस्ता लाउंदा कोई क्वालिटी दे रहा तो जिहड़ियां चीज़ां मैं विखाइयां ये चीज़ां लाजमी नोट करो। एक जो मेन चीज़ है जी सब तो महंगी चीज़ ये 5 HP की मोटर आई तो ये 5 HP की मोटर है तो तुम देख सकते हो कि यदि जो ड्राइव है बिल्कुल चैनी जी लगी हुई है सस्ते वाली ड्राइव है जी ये करके भी जो मोटर का रेट है वह घट जाता जी। तो बाकी जिहड़ी इहदे मोटर लगी हुई है जी वह लुबी कंपनी की आ जिहड़ी का जो कुछ भी हैगा वो आपां तुहाडे सामने ही विखाया जी आ लुबी की है जी मोटर ओरिजिनल आ। बाकी जिहड़ी मेन चीज़ हुई सी वह मतलब कि पैनलों के ड्राइव के तो जे तुसीं भी कोई सोलर मोटर लगाउणी चाहुंदे आ तो पहलां बस इन्हां गल्लां दा कुछ जिहड़ियां मैं दस्सियां ख्याल रखियो पैनल वेख लियो तार वेख लियो जिहड़ा उहदा स्टैंड आ उह वेख लियो तो जिहड़ी इहदी ड्राइव आ उह वेख लियो कि इह चीज़ां कंपनी दीआं होण। वीडियो वेखण दे लई तुहाडा धन्नवाद जी।